ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਨੂੰ ਲੈ ਕੇ ਅੱਜ ਮੈਂ ਪਹੁੰਚਿਆ ਵਾਂ ਪਿੰਡ ਨਿਦੋਕੇ। ਪਿੰਡ ਨਿਦੋਕੇ ਅਗਰ ਤੁਸੀਂ ਲਾਹੌਰ ਤੋਂ ਨਾਰੋਵਾਲ ਆਉਂਦੇ ਹੋ ਤਾਂ ਰਸਤੇ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ, ਕਿਲ੍ਹਾ ਕਾਲਰ ਵਾਲਾ ਤੋਂ ਨਾਰੰਗ ਮੰਡੀ ਤੋਂ ਅੱਗੇ ਆਓ ਅਤੇ ਪਿੰਡ ਪੈਂਦਾ ਹੈ ਬੁੱਢਾ ਟੋਲਾ। ਖੈਰ ਹੁਣ ਤਾਂ ਟਾਊਨ ਬਣ ਗਿਆ। ਔਰ ਬੁੱਢਾ ਟੋਲਾ ਤੋਂ ਤੁਸੀਂ ਅਗਰ ਅੰਦਰ ਆਉਂਦੇ ਹੋ ਲੈਫਟ ਸਾਈਡ ਦੇ ਉੱਤੇ ਅਲੀਪੁਰ ਸੈਦਾ ਰੋਡ ਦੇ ਉੱਤੇ ਤੁਹਾਨੂੰ ਇੱਕ ਪਿੰਡ ਮਿਲਦਾ ਨਿਦੋਕੇ। ਮੈਂ ਇਸ ਵੇਲੇ ਨਿਦੋਕੇ ਦੇ ਵਿੱਚ ਖਲੋਤਾ ਹੋਇਆ ਵਾਂ ਔਰ ਮੇਰੇ ਪਿੱਛੇ ਇਹ ਜਿਹੜੀ ਐਗਰੀਕਲਚਰ ਲੈਂਡ ਜਿਹੜੀ ਇਸ ਵੇਲੇ ਰਾਈਸ ਕ੍ਰੋਪ ਵਾਸਤੇ ਤਿਆਰ ਕੀਤੀ ਜਾ ਰਹੀ ਹੈ, ਚਾਵਲ ਲਾਉਣ ਵਾਸਤੇ, ਧਾਨ ਦੀ ਫਸਲ ਲਾਉਣ ਵਾਸਤੇ ਜਿਹੜੀ ਤਿਆਰ ਕੀਤੀ ਜਾ ਰਹੀ ਹੈ। ਇਹ ਹੈ ਸਰਦਾਰ ਨਵਦੀਪ ਸਿੰਘ ਦੇ ਦਾਦਾ ਜੀ ਦੀ ਔਰ ਸਰਦਾਰ ਜਸਵੰਤ ਸਿੰਘ ਜੀ ਦੇ ਵਾਲਦ ਸਾਹਿਬ ਦੀ, ਜਿਹੜੇ ਕਿ ਸਰਦਾਰ ਬੇਲਾ ਸਿੰਘ ਜੀ ਸਨ। ਅੱਲ ਉਹਨਾਂ ਦੀ ਸੀ ਪੂਰੇਵਾਲਾ। ਵੈਸੇ ਤਾਂ ਗਿੱਲ ਫੈਮਿਲੀ ਹੈ ਲੇਕਿਨ ਇਹਨਾਂ ਨੂੰ ਇੱਥੇ ਪੂਰੇਵਾਲਾ ਦੇ ਨਾਮ ਤੋਂ ਜਾਣਿਆ ਜਾਂਦਾ ਸੀ। 40 ਵਿਘਾ ਜ਼ਮੀਨ ਜਿਹੜੀ ਹੈ ਉਹ ਜਿਹੜਾ ਸਾਹਮਣੇ ਡੇਰਾ ਨਜ਼ਰ ਆ ਰਿਹਾ ਇਸ ਵੇਲੇ, ਉਹ ਟ੍ਰੀਜ਼ ਜਿਹੜੇ ਨਜ਼ਰ ਆ ਰਹੇ ਨੇ, ਉਹ ਇਹ ਜਿਹੜੀ ਜ਼ਮੀਨ ਹੈ ਇਹ ਸਾਰੀ ਪੂਰੇਵਾਲਾ ਦੇ ਨਾਮ ਦੀ ਹੈ। ਵੈਸੇ ਤਾਂ ਇਸ ਜਗ੍ਹਾ ਦੇ ਉੱਤੇ ਕਾਫੀ ਫੈਮਿਲੀਜ਼ ਜਿਹੜੀਆਂ ਸਨ ਉਹ ਸਿੱਖਾਂ ਦੀਆਂ ਸਨ, ਲੇਕਿਨ ਇਹ ਜਗ੍ਹਾ 'ਤੇ ਦੱਸਿਆ ਜਾਂਦਾ ਕਿ ਇੱਥੇ ਕਾਫੀ ਜ਼ਿਆਦਾ ਸਾਰੇ ਦਰਖਤ ਹੁੰਦੇ ਸਨ ਜਿਨ੍ਹਾਂ ਦੇ ਵਿੱਚ ਪਿੱਪਲ, ਟਾਲੀ, ਕਿੱਕਰ ਵਗੈਰਾ ਲੱਗੇ ਹੁੰਦੇ ਸਨ, ਲੇਕਿਨ ਸਮੇਂ ਦੇ ਨਾਲ ਸਾਰਾ ਕੁਝ ਖਤਮ ਹੋ ਗਿਆ। ਹੁਣ ਇਹ ਜਿਹੜੀ ਮੋਟਰ ਇਸ ਵੇਲੇ ਲੱਗੀ ਹੋਈ ਹੈ ਇਹ ਨਜ਼ਰ ਆ ਰਹੀ ਹੈ, ਇਹ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਇਹ ਜ਼ਮੀਨਾਂ ਜਿਹੜੀਆਂ ਨੇ ਐਗਰੀਕਲਚਰ ਲੈਂਡ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਕਲਾਸ ਏ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਨਾਰੋਵਾਲ ਦੇ ਵਿੱਚ ਨੇ, ਯਾਨੀ ਕਿ ਵੈਲ ਫਰਟਾਈਲ ਲੈਂਡ ਜਿਹੜੀਆਂ ਨੇ ਇਹਨਾਂ ਦੀ ਇੱਕ ਇੰਚ ਵੀ ਖਾਲੀ ਨਹੀਂ ਰਹਿੰਦੀ। ਇਹ ਤੁਸੀਂ ਦੇਖ ਸਕਦੇ ਹੋ ਇਹ ਹੁਣ ਚਾਵਲ ਦੀ ਜਿਹੜੀ ਹੈ ਬਿਜਾਈ ਜਿਹੜੀ ਹੈ ਉਹ ਸ਼ੁਰੂ ਹੈ ਇੱਥੇ, ਔਰ ਕੱਲ੍ਹ ਪਰਸੋਂ ਤੋਂ ਜਿਹੜਾ ਉਹ ਸਾਵਨ ਸ਼ੁਰੂ ਹੋ ਗਿਆ। ਸਾਵਨ ਮੌਨਸੂਨ ਦੀਆਂ ਚੜੀਆਂ ਜਿਹੜੀਆਂ ਨੇ ਉਹ ਅਗਰ ਜਿਹੜੇ ਲੋਕ ਇੱਥੋਂ ਗਏ ਨੇ ਇਸ ਇਲਾਕੇ 'ਚੋਂ ਉਹਨਾਂ ਨੂੰ ਪਤਾ ਕਿ ਮਿਡ ਮਈ ਤੋਂ ਪਹਿਲੇ ਪਹਿਲੇ ਹੀ ਬਹੁਤ ਤੇਜ਼ੀ ਨਾਲ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਨੇ ਔਰ ਮਿਡ ਅਗਸਤ ਤੱਕ ਜਿਹੜੀਆਂ ਨੇ ਇੱਥੇ ਬਹੁਤ ਜ਼ਿਆਦਾ ਬਾਰਿਸ਼ਾਂ ਹੁੰਦੀਆਂ ਨੇ। ਕਿਉਂਕਿ ਇਹ ਮੇਰੇ ਅਗਰ ਤੁਸੀਂ ਬੈਕ ਸਾਈਡ 'ਤੇ ਦੇਖੋ, ਅਗਰ ਇਸ ਸਾਈਡ 'ਤੇ ਦੇਖੋ ਤਾਂ ਜੰਮੂ ਔਰ ਕਸ਼ਮੀਰ ਦਾ ਏਰੀਆ ਜਿਹੜਾ ਆਉਂਦਾ ਹੈ ਔਰ ਨੌਰਥ ਵੈਸਟ ਦੇ ਏਰੀਏ ਤੋਂ ਬੱਦਲ ਉੱਠਦੇ ਨੇ ਔਰ ਪੰਜਾਬ ਦੀ ਇਹ ਫਰਟਾਈਲ ਲੈਂਡ ਜਿਹੜੀ ਹੈ ਉਹਨੂੰ ਹੋਰ ਫਰਟਾਈਲ ਕਰਦੇ ਹੋਏ ਐਗਰੀਕਲਚਰ ਲੈਂਡ ਨੂੰ ਇੱਥੋਂ ਅੱਗੇ ਲਾਹੌਰ ਵੱਲ ਚਲੇ ਜਾਂਦੇ ਨੇ ਔਰ ਕਸੂਰ ਵੱਲ ਚਲੇ ਜਾਂਦੇ ਨੇ। ਇਨ ਸਿਸਟਰਸ ਲੈਂਡ ਆਫ ਸਰਦਾਰ ਨਵਦੀਪ ਸਿੰਘ ਗਿੱਲ ਐਂਡ ਸਰਦਾਰ ਜਸਵੰਤ ਸਿੰਘ ਗਿੱਲ ਜੀ। ਮੇਰੇ ਨਾਲ ਪਿੰਡ ਦੇ ਬਜ਼ੁਰਗ ਨੇ, ਬਕਾਇਦਾ ਇਹ ਨਹੀਂ ਹੈ ਕਿ ਮੈਂ ਆਪਣੇ ਕੋਲੋਂ ਕੁਛ ਦੱਸ ਰਿਹਾ ਵਾਂ, ਬਜ਼ੁਰਗ ਨੇ ਜਿਨ੍ਹਾਂ ਨੇ ਇਹ ਜ਼ਮੀਨਾਂ ਜਦੋਂ ਅਲਾਟ ਹੋਈਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਉਹ ਮੈਨੂੰ ਦੱਸਣ ਵਾਸਤੇ ਬਕਾਇਦਾ ਤੌਰ 'ਤੇ ਨਾਲ ਆਏ ਨੇ ਕਿ ਸਰਦਾਰ ਬੇਲਾ ਸਿੰਘ ਜੀ ਦਾ ਜਿਹੜਾ ਰਕਬਾ ਸੀ ਉਹ ਕਿਸ ਪਾਸੇ ਸੀ। ਇਸ ਕਰਕੇ ਇਹ ਪ੍ਰਾਇਮਰੀ ਸੋਰਸ ਨੇ ਪਿੰਡ ਦੇ ਜਿਨ੍ਹਾਂ ਨੂੰ ਪਤਾ ਹੈ ਕਿ ਸਰਦਾਰਾਂ ਦੀ ਜ਼ਮੀਨ ਜਿਹੜੀ ਹੈ ਕਿਹਨਾਂ ਨੂੰ ਅਲਾਟ ਹੋਈ ਹੈ ਔਰ ਕਿੱਥੇ ਅਲਾਟ ਹੋਈ ਹੈ। ਸਿਸਟਰਸ ਵਿਲੇਜ ਆਫ ਸਰਦਾਰ ਨਵਦੀਪ ਸਿੰਘ ਗਿੱਲ ਜੀ ਔਰ ਸਰਦਾਰ ਜਸਵੰਤ ਸਿੰਘ ਗਿੱਲ ਜੀ ਔਰ ਲੇਟ ਸਰਦਾਰ ਬੇਲਾ ਸਿੰਘ ਜੀ। ਮਿੱਟੀ ਔਰ ਪੁਰਖਾਂ ਦਾ ਪਿਆਰ। ਇਹ ਹੈ ਸੋਨਾ ਉਗਲਦੀ ਹੋਈ ਡਿਸਟ੍ਰਿਕਟ ਸਿਆਲਕੋਟ, ਡਿਸਟ੍ਰਿਕਟ ਨਾਰੋਵਾਲ ਦੀ ਜ਼ਮੀਨ ਜਿਹੜੀ ਕਿ ਰਾਈਸ ਕ੍ਰੋਪਸ ਵਾਸਤੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਅੱਛੀ ਮੰਨੀ ਜਾਂਦੀ ਹੈ। ਗ੍ਰੇਨਸ ਵਿੱਚੋਂ ਵੀਟ ਜਿਹੜਾ ਉਹ ਵਿੰਟਰ ਦੇ ਵਿੱਚ ਔਰ ਸਮਰ ਦੇ ਵਿੱਚ ਜਿਹੜਾ ਇੱਥੇ ਰਾਈਸ ਦੀ ਜਿਹੜੀ ਹੈ ਕ੍ਰੋਪਸ ਬਹੁਤ ਹੀ ਵਧੀਆ ਹੁੰਦੀਆਂ ਨੇ ਜਿਹਦਾ ਦੁਨੀਆ ਦੇ ਉੱਤੇ ਕਿਸੇ ਜਗ੍ਹਾ ਦਾ ਜੋੜ ਨਹੀਂ ਹੈ। ਤਾਂ ਦੇਖਦੇ ਰਹੋ ਫਿਰ ਪੰਜਾਬ ਹੈਰੀਟੇਜ ਦਾਸਥਾਨ, ਪੰਜਾਬੀ ਕਲਚਰ ਐਂਡ ਹੈਰੀਟੇਜ, ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।